ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਬੋਡੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਅਮਿਤਾਭ ਬੱਚਨ ਜਾਣੀ ਤੁਹਾਡੇ ਸਭ ਦੇ ਫੇਵਰੇਟ ਜੋਗਰਾਜ ਸਿੰਘ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਮੱਥਾ ਕਾਨੂੰਨ ਦੇ ਨਾਲ ਨਹੀਂ, ਦੁਸ਼ਮਣਾਂ ਦੇ ਨਾਲ ਲਾਇਦਾ ਜਗਿਆ, ਤੇ ਜੱਟ ਜ਼ਮੀਨਾਂ ਦੇ ਕਬਜ਼ੇ ਕਚਹਿਰੀਆਂ ਦੀਆਂ ਕਲਮਾਂ ਦੇ ਨਾਲ ਨਹੀਂ, ਹਥਿਆਰਾਂ ਦੇ ਨਾਲ ਲੈਂਦੇ ਨੇ ਆਏ। ਸੋ ਦੋਸਤੋ, ਆਪਾਂ ਅੱਜ ਦੀ ਵੀਡੀਓ ਵਿੱਚ ਜੋਗਰਾਜ ਸਿੰਘ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਬਾਰੇ ਤੇ ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤੇ ਨਾਲ ਦੀ ਨਾਲ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਜੋਗਰਾਜ ਸਿੰਘ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਜੋਗਰਾਜ ਸਿੰਘ ਦਾ ਜਨਮ 25 ਮਾਰਚ 1958 ਨੂੰ ਮਾਤਾ ਗਰਨਾਮ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਭਾਗ ਸਿੰਘ ਦੇ ਘਰ ਪਿੰਡ ਕਨੈਚ ਸ਼ਹਿਰ ਦੁਰਾਹਾ ਜ਼ਿਲ੍ਹਾ ਲੁਧਿਆਣਾ ਪੰਜਾਬ ਵਿਖੇ ਹੋਇਆ। ਦੋਸਤੋ, ਜੋਗਰਾਜ ਸਿੰਘ ਨੂੰ ਮਾਪਿਆਂ ਨੇ ਬਹੁਤ ਹੀ ਲਾਡਾਂ ਚਾਵਾਂ ਨਾਲ ਪਾਲਿਆ, ਕਿਉਂਕਿ ਜੋਗਰਾਜ ਸਿੰਘ ਦਾ ਜਿਸ ਸਮੇਂ ਜਨਮ ਹੋਇਆ ਉਸ ਸਮੇਂ ਉਹਨਾਂ ਦੇ ਪਿਤਾ ਸਰਦਾਰ ਭਾਗ ਸਿੰਘ ਦੀ ਉਮਰ ਲਗਭਗ 72 ਸਾਲ ਦੀ ਸੀ ਤੇ ਉਹਨਾਂ ਦੇ ਘਰ ਕੋਈ ਵੀ ਬੱਚਾ ਨਹੀਂ ਸੀ। ਸੋ ਜੋਗਰਾਜ ਸਿੰਘ ਦੇ ਜਨਮ ਲੈਣ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋ ਗਿਆ ਤੇ ਇਸੇ ਕਾਰਨ ਸਰਦਾਰ ਭਾਗ ਸਿੰਘ ਜੀ ਨੇ ਜੋਗਰਾਜ ਸਿੰਘ ਦਾ ਹਰ ਇੱਕ ਸ਼ੌਂਕ ਪੂਰਾ ਕੀਤਾ। ਸਰਦਾਰ ਭਾਗ ਸਿੰਘ ਜੀ ਦੀ ਇਹ ਦਿਲੀ ਰੀਝ ਸੀ ਕਿ ਜੋਗਰਾਜ ਸਿੰਘ ਇੱਕ ਵਧੀਆ ਖਿਡਾਰੀ ਬਣੇ। ਇਸੇ ਕਾਰਨ ਜੋਗਰਾਜ ਸਿੰਘ ਜੀ ਨੇ ਬਚਪਨ ਤੋਂ ਹੀ ਇੱਕ ਚੰਗਾ ਖਿਡਾਰੀ, ਇੱਕ ਚੰਗਾ ਕ੍ਰਿਕਟਰ ਬਣਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਆਪਣੀ ਮਿਹਨਤ ਦੇ ਬਲ ਤੇ ਇੱਕ ਦਿਨ ਇੰਡੀਆ ਟੀਮ ਵਿੱਚ ਸਿਲੈਕਟ ਹੋਏ ਤੇ ਉਹਨਾਂ ਨੇ ਆਪਣੇ ਕਰੀਅਰ ਦੌਰਾਨ ਇੱਕ ਟੈਸਟ ਮੈਚ ਤੇ 6 ਵਨਡੇ ਮੈਚ ਖੇਡੇ। ਦੋਸਤੋ, ਜੋਗਰਾਜ ਸਿੰਘ ਜੀ ਬਹੁਤ ਹੀ ਵਧੀਆ ਕ੍ਰਿਕਟ ਪਲੇਅਰ ਸੀ, ਪਰ ਕੁਝ ਘਰ ਦੀਆਂ ਮਜਬੂਰੀਆਂ ਤੇ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਕ੍ਰਿਕਟ ਛੱਡਣੀ ਪਈ, ਕਿਉਂਕਿ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ। ਇਸ ਤੋਂ ਬਿਨਾਂ ਉੱਥੇ ਜੋ ਕ੍ਰਿਕਟ ਦੇ ਕੁਝ ਹੋਰ ਖਿਡਾਰੀ ਸੀ ਉਹਨਾਂ ਨਾਲ ਵੀ ਉਹਨਾਂ ਦਾ ਕੁਝ ਡਿਸਪਿਊਟ ਹੋਣ ਕਾਰਨ ਉਹਨਾਂ ਨੂੰ ਉੱਥੇ ਮਾਹੌਲ ਚੰਗਾ ਨਹੀਂ ਲੱਗਿਆ, ਤਾਂ ਉਹ ਕ੍ਰਿਕਟ ਛੱਡ ਕੇ ਫਿਰ ਇੱਕ ਵਾਰ ਪੰਜਾਬ ਵਾਪਸ ਆ ਗਏ ਤੇ ਕ੍ਰਿਕਟ ਛੱਡ ਕੇ ਆਉਣ ਤੋਂ ਬਾਅਦ ਜੋਗਰਾਜ ਸਿੰਘ ਜੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ। ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣੇ ਜੀਵਨ ਵਿੱਚ ਕੀ ਕਰਾਂ, ਕਿਉਂਕਿ ਉਹਨਾਂ ਦਾ ਬਚਪਨ ਤੋਂ ਇਹੀ ਸੁਪਨਾ ਸੀ ਕਿ ਮੈਂ ਇੱਕ ਦਿਨ ਨਾਮਵਰ ਕ੍ਰਿਕਟਰ ਬਣਨਾ, ਪਰ ਕੁਝ ਕਾਰਨਾਂ ਕਰਕੇ ਜਿਵੇਂ ਉਹਨਾਂ ਨੂੰ ਗੇਮ ਛੱਡਣੀ ਪਈ। ਉਸ ਤੋਂ ਬਾਅਦ ਜਦੋਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ ਸੀ ਤਾਂ ਉਹਨਾਂ ਦੇ ਪਿੰਡ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਉਸ ਫਿਲਮ ਵਿੱਚ ਮਹਾਨ ਪੰਜਾਬੀ ਐਕਟਰ ਵਰਿੰਦਰ ਜੀ ਕੰਮ ਕਰ ਰਹੇ ਸੀ ਤੇ ਅਚਾਨਕ ਉਹਨਾਂ ਦੀ ਮੁਲਾਕਾਤ ਫਿਰ ਵਰਿੰਦਰ ਨਾਲ ਹੋਈ। ਵਰਿੰਦਰ ਨੇ ਜੋਗਰਾਜ ਸਿੰਘ ਜੀ ਨੂੰ ਕਿਹਾ ਕਿ ਤੁਹਾਡੀ ਪਰਸਨੈਲਿਟੀ ਬਹੁਤ ਵਧੀਆ, ਜੇਕਰ ਤੁਸੀਂ ਪੰਜਾਬੀ ਫਿਲਮਾਂ ਵਿੱਚ ਕੰਮ ਕਰੋ ਤਾਂ ਤੁਹਾਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਨਗੇ। ਤੇ ਫਿਰ ਜੋਗਰਾਜ ਜੀ ਨੇ ਵਰਿੰਦਰ ਦੀ ਇਹ ਗੱਲ ਮੰਨ ਕੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਸੰਨ 1983 ਵਿੱਚ ਪਹਿਲੀ ਵਾਰ ਬਟਵਾਰਾ ਫਿਲਮ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਲੋਕਾਂ ਨੇ ਜੋਗਰਾਜ ਸਿੰਘ ਜੀ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਯਾਰ ਗਰੀਬਾਂ ਦਾ ਫਿਲਮ ਵਿੱਚ ਕੰਮ ਕੀਤਾ ਐਜ਼ ਏ ਹੀਰੋ ਤੇ ਇਸ ਤੋਂ ਬਾਅਦ ਜੋਗਰਾਜ ਸਿੰਘ ਜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਜੇ ਆਪਾਂ ਨੇ ਕੁਝ ਸੁਪਰ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਉਹਨੇ ਅਣਖ ਜੱਟ ਦੀ, ਬਦਲਾ ਜੱਟੀ ਦਾ, ਵੈਸਟ ਇਜ਼ ਵੈਸਟ, ਜੱਟ ਪੰਜਾਬ ਦਾ, ਕਚਹਿਰੀ, ਜੱਗਾ ਡਾਕੂ, ਫਿਰ ਉਹਨਾਂ ਨੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਬਾਗ ਮਿਲਖਾ ਬਾਗ, ਸਿੰਘ ਇਜ਼ ਬਲਿੰਗ। ਸੋ ਦੋਸਤੋ, ਇਸ ਤੋਂ ਬਿਨਾਂ ਵੀ ਉਹਨਾਂ ਬਹੁਤ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਰਹੀਆਂ। ਦੋਸਤੋ, ਜੋਗਰਾਜ ਸਿੰਘ ਨੂੰ ਆਪਣੀ ਪਰਸਨਲ ਲਾਈਫ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਦੀ ਮੈਰਿਜ ਹੋਈ ਸ਼ਬਨਮ ਸਿੰਘ ਨਾਲ ਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ, ਯੁਵਰਾਜ ਸਿੰਘ ਤੇ ਜੋਰਾਵਰ ਸਿੰਘ। ਦੋਸਤੋ, ਉਹਨਾਂ ਦਾ ਆਪਣੀ ਵਾਈਫ ਸ਼ਬਨਮ ਸਿੰਘ ਨਾਲ ਕੁਝ ਕਾਰਨਾਂ ਕਰਕੇ
ਡਿਵੋਰਸ ਹੋ ਗਿਆ, ਤਲਾਕ ਹੋ ਗਿਆ। ਤਾਂ ਦੋਸਤੋ ਜੋਗਰਾਜ ਸਿੰਘ ਜੀ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਉਹਨਾਂ ਦਾ ਆਪਣੀ ਪਤਨੀ ਸ਼ਬਨਮ ਸਿੰਘ ਨਾਲ ਕਿਉਂ ਤਲਾਕ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਸ਼ਬਨਮ ਸਿੰਘ ਤੇ ਉਹਨਾਂ ਦੇ ਸਹੁਰਿਆਂ ਵੱਲੋਂ ਮੇਰੀ ਮਾਂ ਦੇ ਉੱਪਰ ਹੱਥ ਚੁੱਕਿਆ ਗਿਆ ਸੀ, ਕੁਝ ਜਾਇਦਾਦ ਦਾ ਝਗੜਾ ਸੀ ਇਸੇ ਕਾਰਨ। ਸੋ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਨਹੀਂ ਸਹਾਰ ਸਕਿਆ। ਸੋ ਸਾਡਾ ਹੌਲੀ ਹੌਲੀ ਜਿਹੜਾ ਝਗੜਾ ਵੱਧਦਾ ਗਿਆ ਤੇ ਆਖਰ ਸਾਡਾ ਤਲਾਕ ਹੋ ਗਿਆ। ਇਸ ਤੋਂ ਬਿਨਾਂ ਦੋਸਤੋ ਜੋਗਰਾਜ ਸਿੰਘ ਜੀ ਨੇ ਇੱਕ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ ਜੋ ਬੰਦਾ ਮੇਰੇ ਰੂਲ, ਜੋ ਮੇਰੇ ਅਸੂਲ ਨਹੀਂ ਫੋਲੋ ਕਰਦਾ, ਮੈਂ ਉਹਨਾਂ ਨਾਲ ਨਹੀਂ ਰਹਿ ਸਕਦਾ। ਇਸੇ ਕਾਰਨ ਫਿਰ ਜੋਗਰਾਜ ਸਿੰਘ ਦਾ ਆਪਣੀ ਪਤਨੀ ਸ਼ਬਨਮ ਸਿੰਘ ਨਾਲ ਤਲਾਕ ਹੋ ਗਿਆ ਤੇ ਉਹਨਾਂ ਨਾਲ ਤਲਾਕ ਹੋਣ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਕਰਵਾਇਆ ਬੀਬੀ ਸਤਵੀਰ ਕੌਰ ਨਾਲ। ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਉਹਨਾਂ ਦੇ ਬੇਟੇ ਦਾ ਨਾਮ ਆ ਵੈਕਟਰ ਤੇ ਉਹਨਾਂ ਦੀ ਇੱਕ ਬੇਟੀ ਆ ਜਿਸ ਦਾ ਨਾਮ ਹੈ ਅਮਰਜੀਤ ਕੌਰ। ਦੋਸਤੋ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਵੀ ਦੱਸਣੀ ਚਾਹੂੰਗਾ ਕਿ ਯੁਵਰਾਜ ਸਿੰਘ ਜੋ ਅੱਜ ਕ੍ਰਿਕਟ ਦੇ ਸੁਪਰ ਸਟਾਰ ਬਣਿਆ, ਇਸ ਪਿੱਛੇ ਜੋਗਰਾਜ ਸਿੰਘ ਜੀ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਕਿਉਂਕਿ ਜੋਗਰਾਜ ਜੀ ਨੇ ਯੁਵਰਾਜ ਨੂੰ ਇੰਨੀ ਜ਼ਿਆਦਾ ਮਿਹਨਤ ਕਰਾਈ ਜਿਸ ਕਾਰਨ ਉਹ ਅੱਜ ਕ੍ਰਿਕਟ ਦੇ ਸੁਪਰ ਸਟਾਰ ਬਣੇ ਆ। ਦੋਸਤੋ ਜੋਗਰਾਜ ਜੀ ਨੇ ਇੱਕ ਵਾਰ ਇਹ ਵੀ ਖੁਲਾਸਾ ਕੀਤਾ ਸੀ, ਜਿਸ ਸਮੇਂ ਉਹ ਕ੍ਰਿਕਟ ਖੇਡਦੇ ਸੀ ਤਾਂ ਉਸ ਸਮੇਂ ਉਹਨਾਂ ਦੀ ਕਪਿਲ ਦੇਵ ਨਾਲ ਵੀ ਅਣਬਣ ਹੋ ਗਈ ਸੀ। ਕਪਿਲ ਦੇਵ ਨੇ ਇਹ ਕਿਹਾ ਸੀ ਕਿ ਵੇਖ ਤੂੰ ਕਿੱਥੇ ਆ ਤੇ ਮੈਂ ਕਿੱਥੇ ਆ। ਇਹ ਦੋਸਤੋ ਗੱਲ ਕਪਿਲ ਦੇਵ ਨੇ ਉਦੋਂ ਕਹੀ ਸੀ ਜਦੋਂ ਜੋਗਰਾਜ ਸਿੰਘ ਜੀ ਕ੍ਰਿਕਟ ਛੱਡ ਕੇ ਘਰ ਵਾਪਸ ਆਉਣ ਲੱਗੇ ਸੀ। ਸੋ ਉਸ ਸਮੇਂ ਜੋਗਰਾਜ ਜੀ ਇਹ ਗੱਲ ਕਹਿ ਕੇ ਕਪਿਲ ਦੇਵ ਨੂੰ ਆਏ ਸੀ ਕਿ ਇੱਕ ਦਿਨ ਦੇਖੀ ਮੈਂ ਆਪਣੇ ਬੇਟੇ ਨੂੰ ਕਿੱਥੇ ਲੈ ਕੇ ਜਾਂਦਾ, ਕਿੱਥੋਂ ਤੱਕ ਕ੍ਰਿਕਟ ਦੇ ਵਿੱਚ ਪਹੁੰਚਾਉਂਦਾ, ਇਹ ਇੱਕ ਜੱਟ ਦੀ ਜਿਹੜਾ। ਸੋ ਦੋਸਤੋ ਫਿਰ ਜੋਗਰਾਜ ਜੀ ਨੇ ਯੁਵਰਾਜ ਸਿੰਘ ਨੂੰ ਇਸੇ ਕਾਰਨ ਹੀ ਕ੍ਰਿਕਟ ਦਾ ਸੁਪਰ ਸਟਾਰ ਬਣਾਇਆ, ਬਹੁਤ ਜ਼ਿਆਦਾ ਉੱਤੇ ਮਿਹਨਤ ਕੀਤੀ ਤੇ ਆਪਣੀ ਜੱਟਾਂ ਵਾਲੀ ਜਿੱਦ ਪਗਾ ਕੇ ਦਿਖਾਈ। ਸੋ ਦੋਸਤੋ ਇਹ ਸੀ ਮਹਾਨ ਐਕਟਰ ਜੋਗਰਾਜ ਸਿੰਘ ਦੀ ਬਾਇਓਗ੍ਰਾਫੀ। ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਸੋ ਦੋਸਤੋ ਅਸੀਂ ਆਪਣੇ ਚੈਨਲ ਬੋੜੀ ਹੋਲੀ ਬਾਬਾ ਦੇ ਸਾਡੀ ਪੂਰੀ ਟੀਮ ਵੱਲੋਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਜੋਗਰਾਜ ਸਿੰਘ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਇਸੇ ਤਰ੍ਹਾਂ ਵਧੀਆ ਵਧੀਆ ਫਿਲਮਾਂ ਨਾਲ ਪੰਜਾਬੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿਣ। ਵਾਹਿਗੁਰੂ ਜੀ ਨੂੰ ਲੰਮੀ ਉਮਰ ਬਖਸ਼ਣ। ਸੋ ਦੋਸਤੋ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਜੋਗਰਾਜ ਜੀ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਫੈਨ ਜੋਗਰਾਜ ਸਿੰਘ ਦੇ। ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਮਹਾਨ ਐਕਟਰ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ। ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਇੱਕ ਰਿਕੁਐਸਟ ਹੋਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋੜੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।